भाई आ तेरा समान ही अज तो बाद तेरा इस घर दे विच कुछ नहीं। तीन महीने तो तू किराया नहीं दिता ते मैं मुसलसल तीन महीने तो तेनू इत्थे बर्दाश्त करता पिया हूँ मेरी बर्दाश्त तो बाहर है आ मेरी जान छड इत्थों चला जा। ਮਜ਼ੰਬਲ ਮੈਂ ਇਹ ਸੁਣਿਆ ਛਪਾਕ ਦੇ ਮਕਾਨ ਮਾਲਕ ਨੇ ਦਿੱਤਾ ਉਹਨੂੰ ਕੱਢ ਤੇ ਹੁਣ ਉਹ ਰਹਿਣ ਵਾਸਤੇ ਜਿਹੜਾ ਨਾ ਉਹ ਸਾਡੇ ਕੋਲ ਆ ਰਿਹਾ ਹੈ ਉਹ ਸਾਡੇ ਕੋਲ ਆ ਰਿਹਾ ਰਹਿਣ ਵਾਸਤੇ ਉਹ ਸਾਡੀਆਂ ਦੀ ਆਪਣੀਆਂ ਫੈਮਲੀਆਂ ਅਸੀਂ ਉਹਨੂੰ ਕਿੱਥੇ ਰੱਖਾਂਗੇ। ਯਾਰ ਮਜ਼ੰਬਲ ਹੁਣ ਕੁਛ ਤਾਂ ਕਹਾਣੀ ਉਹਨੂੰ ਪਾਣੀ ਪੈਣੀ। ਉਹ ਯਾਰ ਤੂੰ ਠੀਕ ਤਾਂ ਕਹਿੰਦਾ ਪਰ ਤੂੰ ਟੈਨਸ਼ਨ ਨਾ ਲੈ ਮੈਂ ਉਹਨੂੰ ਆਪੀ ਕਹਾਣੀ ਪਾ ਲਾਂਗਾ। ਸ਼ਫਾਕਤ ਭਾਈ ਤੈਨੂੰ ਤਾਂ ਪਤਾ ਹੈ ਕਿ ਸਾਡੀਆਂ ਆਪਣੀਆਂ ਫੈਮਲੀਆਂ ਨੇ ਪਰ ਯਾਰ ਮੇਰੇ ਕੋਲ ਜਗ੍ਹਾ ਇੰਨੀ ਨਹੀਂ ਹੈ ਜਿੱਥੇ ਮੈਂ ਤੈਨੂੰ ਰੱਖ ਸਕਦਾ। ਮੁਜ਼ੰਮਲ ਭਾਈ ਫਿਰ ਮੈਨੂੰ ਤੁਸੀਂ ਥੋੜੇ ਜਿਹੇ ਪੈਸੇ ਦੇ ਦਿਓ ਮੇਰਾ ਗੁਜ਼ਾਰਾ ਚੱਲ ਜਾਏਗਾ ਫਿਰ ਮੈਂ ਇੱਥੋਂ ਚਲੇ ਜਾਂਦਾ। ਉਹ ਨਹੀਂ ਨਹੀਂ ਭਾਈ ਤੈਨੂੰ ਵੀ ਪਤਾ ਸਾਡੇ ਵੀ ਹਾਲਾਤ ਮਾੜੇ ਨੇ ਮੈਂ ਵੀ ਫੈਮਲੀ ਵਾਲਾ ਵਾਂ ਮੈਂ ਕਿੱਥੋਂ ਪੈਸੇ ਦਿਆਂ। ਜੇ ਸਾਡੇ ਕੋਲ ਪੈਸੇ ਹੁੰਦੇ ਵੀ ਤਾਂ ਤੈਨੂੰ ਕਿਉਂ ਦੇਈਏ ਨਾਲੇ ਤੇਰਾ ਕੀ ਤਬਾਰ ਹੈ ਤੇਰਾ ਕੀ ਤਬਾਰ ਕਿ ਸਾਨੂੰ ਤੂੰ ਵਾਪਸ ਦੇਵੇਂ ਜਾਂ ਮੇਰਾ ਵੀਰ ਕੰਮ ਕਰ ਜਾ ਗਿਆ ਆਪਣਾ ਕਿੱਥੋਂ ਕਿੱਥੋਂ ਆ ਜਾਂਦੇ ਆ। ਯਾਰ ਮੈਂ ਇਸ ਹਾਲਾਤ ਦੇ ਵਿੱਚ ਕਿੱਥੇ ਜਾਵਾਂਗਾ ਉੱਤੋਂ ਬਾਰਿਸ਼ ਵੀ ਹੋ ਰਹੀ ਹੈ। ਚਲੋ ਸਬਰ ਸ਼ੁਕਰ ਕਰਕੇ ਇੱਥੇ ਹੀ ਬਹਿ ਜਾਂਦੇ ਹਾਂ ਇਹਦਾ ਅਜਰ ਅੱਲਾਹ ਦਾ ਹੈ। ਮੈਨੂੰ ਹੁਣ ਇੰਝ ਲੱਗਦਾ ਹੈ ਕਿ ਸਾਨੂੰ ਪਾਸੇ ਹੀ ਮਰਨਾ ਪੈਣਾ। ਉਹ ਕੀ ਬਕਵਾਸ ਕਰਾਉਂਦੇ ਆ ਉਹ ਫਾਰਮ ਹਾਊਸ ਆਪਣੇ ਅੰਡਰ 'ਚ ਬਾਗ ਵੀ ਆਪਣੇ ਅੰਡਰ 'ਚ ਕਿਹੜੇ ਫਾਰਮ ਹਾਊਸ ਤੇ ਕਿਹੜੇ ਬਾਗ ਉੱਥੇ ਨਵੇਂ ਮਾਲਕ ਆ ਗਏ ਨੇ ਪੁਰਾਣਿਆਂ ਵੇਚ ਛੱਡਿਆ ਹੁਣ ਨਵੇਂ ਸਿਰੇ ਜਾ ਕੇ ਉੱਥੇ ਨੌਕਰੀ ਲਾਉਣੀ ਪੈਣੀ। ਚਲੋ ਯਾਰ ਫਿਰ ਜਾ ਕੇ ਨਵੇਂ ਮਾਲਕ ਦਾ ਤਰਲਾ ਮਾਰਦੇ ਹਾਂ ਪਰ ਉਹ ਹੈ ਕੌਣ ਹੈ ਇਹ ਤਾਂ ਮੈਨੂੰ ਨਹੀਂ ਪਤਾ ਨਵਾਂ ਮਾਲਕ ਕੌਣ ਆਇਆ ਉੱਥੇ। ਉਹ ਗੁੱਡੂ ਸਾਹਿਬ ਮੈਨੇਜਰ ਆ ਰਹੇ ਨੇ ਫਾਰਮ ਹਾਊਸ ਦੇ ਅਸੀਂ ਉਹਨੂੰ ਪੁੱਛ ਲੈਂਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਯਾਰ ਅੱਜ ਇੱਥੇ ਕਰੇ ਹੋ ਕੰਮ ਤਾਂ ਨਹੀਂ ਆਏ। ਮੈਨੇਜਰ ਸਾਹਿਬ ਕੀ ਤੁਹਾਨੂੰ ਦੱਸੀਏ ਪਤਾ ਲੱਗਾ ਜੀ ਸਾਨੂੰ ਨਵਾਂ ਫਾਰਮ ਹਾਊਸ ਦਾ ਮਾਲਕ ਆ ਗਿਆ ਅਤੇ ਪੁਰਾਣੇ ਸਾਰੇ ਕੱਢ ਛੱਡੇ ਨੇ ਅਤੇ ਅਸੀਂ ਵੀ ਹੁਣ ਨੌਕਰੀ ਵਾਸਤੇ ਤੁਹਾਡਾ ਇੰਤਜ਼ਾਰ ਕਰਨ ਹੈ ਕੋਈ ਸਾਡੀ ਸਿਫਾਰਿਸ਼ ਕਰਦੇ ਆ ਜੀ। ਓਏ ਮੈਨੂੰ ਸਿਫਾਰਿਸ਼ ਕਰਨ ਦੀ ਕੀ ਲੋੜ ਹੈ ਓਏ ਮਾਲਕ ਤੁਹਾਡਾ ਆਪਣਾ ਯਾਰ ਸ਼ਫਾਕਤ ਹੈ। ਓਏ ਕੀ ਕਹਿ ਰਹੇ ਯਾਰ ਗੁੱਡੂ। ਮੈਂ ਠੀਕ ਕਹਿ ਰਿਹਾ ਯਾਰ ਮੈਨੂੰ ਇੱਕ ਗੱਲ ਦੱਸ ਗੁੱਡੂ ਕਿ ਉਹ ਤਾਂ ਬੜਾ ਗਰੀਬ ਸੀ ਤੂੰ ਅਮੀਰ ਕਿਵੇਂ ਬਣ ਗਿਆ ਯਕਦਮ। ਯਾਰ ਇਹਦਾ ਤਾਂ ਮੈਨੂੰ ਵੀ ਨਹੀਂ ਪਤਾ ਸਭ ਮਾਲਕ ਦੇ ਕੰਮ ਨੇ ਜਿਹਨੂੰ ਚਾਹੇ ਤਖ਼ਤ ਤੋਂ ਲਾ ਕੇ ਥੱਲੇ ਸੁੱਟ ਦੇਵੇ ਜਿਹਨੂੰ ਚਾਹੇ ਥੱਲੇ ਚੁੱਕ ਕੇ ਤਖ਼ਤ 'ਤੇ ਪਾ ਦੇਵੇ। ਚਲੋ ਠੀਕ ਹੈ ਫਿਰ ਤੁਸੀਂ 10 ਮਿੰਟ ਬਾਅਦ ਆ ਜਾ ਜੇ ਹੈ। ਅਸਲਾਮ ਵਾਲੇਕਮ ਜੀ। ਜੀ ਮੈਂ ਫਾਰਮ ਹਾਊਸ ਵੇਖ ਲਿਆ ਮੈਨੂੰ ਚਾਬੀਆਂ ਵੀ ਮਿਲ ਗਈਆਂ ਨੇ ਅਤੇ ਮੈਨੂੰ ਬਹੁਤ ਅੱਛਾ ਲੱਗਾ ਫਾਰਮ ਹਾਊਸ ਤੁਹਾਡੇ ਬੇਟੇ ਨੂੰ ਮੈਂ ਪੇਮੈਂਟ ਕਲੀਅਰ ਕਰਤੀ। ਅਸਲਾਮ ਵਾਲੇਕਮ। ਸਲਾਮ ਵਾਲੇਕਮ। ਵਾਲੇਕਮ ਸਲਾਮ। ਗੁੱਡੂ ਕੀ ਹਾਲ ਹੈ ਸਰ ਕੈਸਾ ਲੱਗਾ ਫਾਰਮ ਹਾਊਸ? ਫਾਰਮ ਹਾਊਸ ਪਿਆਰਾ ਮੈਂ ਚੈੱਕ ਕੀਤਾ ਸਾਰਾ ਸਰ ਵੈਸੇ ਮਾਲਕ ਪੁੱਛਦੇ ਪਏ ਸੀ ਮੈਂ ਕਿਹਾ ਉਹਨਾਂ ਨੂੰ ਯਕੀਨਨ ਪਸੰਦ ਆਈ ਬਹੁਤ ਸੋਹਣਾ। ਅਸਲਾਮ ਵਾਲੇਕਮ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਵਾਕਤ ਭਾਈ ਇੱਥੋਂ ਦੇ ਮਾਲਕ ਤੁਸੀਂ ਹੋ? ਮਾਲਕ ਤੇ ਵੀਰੇ ਅੱਲਾ ਦੀ ਜ਼ਾਤ ਏ ਅਸੀਂ ਤੁਸੀਂ ਕੀ ਹਾਂ? ਤੈਨੂੰ ਪਹਿਲਾਂ ਹੀ ਆਖਿਆ ਕਿ ਸ਼ਫਾਕਤ ਭਾਈ ਨੇ ਮਾਲਕ। ਵੈਸੇ ਤੁਸੀਂ ਦੋਵੇਂ ਇੱਥੇ ਕਿਵੇਂ? ਸ਼ਫਾਕਤ ਭਾਈ ਮਾਲਕ ਤਾਂ ਚੇਂਜ ਹੋ ਗਿਆ ਤੇ ਪਤਾ ਲੱਗਾ ਨਵੇਂ ਸਿਰੇ ਤੋਂ ਮਾਲਕ ਏ ਅਸੀਂ ਤਾਂ ਨੌਕਰੀ ਵਾਸਤੇ ਆਏ ਹਾਂ। ਗੁੱਡੂ ਜੀ ਸਰ ਇਹਨਾਂ ਨੂੰ ਨੌਕਰੀ 'ਤੇ ਰੱਖ ਲੈ ਅਤੇ ਨਾਲੇ ਉਹ ਯਾਰ ਹੀ ਕੀ ਜਿਹੜਾ ਯਾਰਾਂ ਦੇ ਕੰਮ ਨਾ ਆਵੇ। ਸ਼ਫਾਕਤ ਭਾਈ ਨੌਕਰੀ ਤਾਂ ਤੁਸੀਂ ਦੇਤੀ ਹੈ ਮੈਂ ਚਾਹੁੰਦਾ ਵਾਂ ਕਿਸੇ ਦਿਨ ਘਰ ਆਵੋ ਦਾਵਤ ਕਰਾਂ ਤੁਹਾਡੀ। ਨਹੀਂ ਨਹੀਂ ਮਜ਼ੰਬਲ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਮੈਂ ਹੁਣ ਚੱਲਣਾ ਵਾਂ।
मैं भी मुकम्मल है। नौकरी हूँ तो मिल गई है तो नीयत नाल काम करना जो हूँ ये ना हो कि छोटी जी गलती जी तो मालक कढ़ दे। लो जी ध्यान रखिया जी मेरी गल का।